सरकार कह रही है कि किसान अड़े हुए है, लोग कह रहे हैं दोनों ही अड़े हुए है, असल में अड़िया कौन होया सर? जिहड़ी मज मिलनी नहीं हुंदी ना ते कटलू दिल जांदा नहीं। ਇਹ ਖੇਤੀ ਵਪਾਰ ਕਾਨੂੰਨ ਆ ਜਿਹੜੇ ਵਾਪਸ ਵੀ ਹੋ ਗਏ ਤਾਂ ਸਰ ਮਸਲਾ ਹੱਲ ਹੋ ਜਾਊਗਾ ਕਿਸਾਨੀ ਦਾ ਸੰਕਟ ਦਾ? ਨਹੀਂ ਹੁੰਦਾ, ਬਿਲਕੁਲ ਤੁਹਾਡਾ ਬੜਾ 100% ਵਾਜਿਬ ਸਵਾਲ। ਨਵਦੀਪ ਤੁਹਾਡੇ ਕਹਿਣੇ ਵਿੱਚ ਹੈ ਥੋੜਾ ਜਿਹਾ ਬਾਗੀ ਹੋ ਜਾਂਦਾ, ਉਹ ਵੀ ਲੱਖੇ ਸਿਧਾਣੇ ਦੀ ਚਾਲ ਤੇ ਚੱਲਦਾ, ਲੱਖੇ ਸਿਧਾਣੇ ਦੇ ਜ਼ਿਆਦਾ ਨੇੜੇ ਹੈ। ਮੀਟਿੰਗਾਂ ਵਿੱਚ ਤੁਹਾਡੀ ਵਿਚਾਰਧਾਰਾ ਨਹੀਂ ਬਦਲਦੀ ਸਰ, ਤੁਸੀਂ ਬੜੇ ਤੱਤੇ ਰਹਿੰਦੇ ਹੋ। ਤੁਹਾਨੂੰ ਕੁਛ ਮੇਰਾ ਜ਼ਿਆਦਾ ਹੀ ਭੇਦ ਹੈ। ਪਾਰਲੀਮੈਂਟ ਸਰ ਤੁਹਾਨੂੰ ਜਾਣ ਨਹੀਂ ਦੇਣਾਗਾ ਸਰਕਾਰ ਨੇ, ਇਹ ਤੁਹਾਨੂੰ ਵੀ ਪਤਾ ਚੜੂਨੀ ਸਾਹਿਬ। ਫਿਰ ਤੁਹਾਡੀ ਰਣਨੀਤੀ ਕੀ ਰਹੂਗੀ? ਬੈਰੀਕੇਡ ਲਾਣਗੇ ਸੀ, ਤੋੜਾਂਗੇ, ਤੇ ਉਹ ਸਾਡਾ ਕੀ ਕਰ ਸਕਦੇ ਨੇ? ਕਿਸਾਨਾਂ ਦਾ ਇੱਕ ਚਿਹਰਾ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਕਦੇ ਸੋਚਿਆ ਸਰ? ਉਹਨਾਂ ਦਿਮਾਗ ਹੀ ਤੇਜ਼ ਨਹੀਂ ਹੈ, ਕੀ ਕਰੀਏ, ਅਸੀਂ ਤਾਂ ਸਾਦੇ ਬੰਦੇ ਹੋਏ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ, ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਕਿਸਾਨ ਸੰਘਰਸ਼ ਖੜੋਤ ਵਿੱਚ ਹੈ, ਕਿਸਾਨ ਸੰਘਰਸ਼ ਤੇਜ਼ ਹੋ ਰਿਹਾ, ਕਿਸਾਨ ਸੰਘਰਸ਼ ਨੂੰ ਹੋਰ ਕਿਹੜੇ ਸੰਘਰਸ਼ ਦੀ ਜ਼ਰੂਰਤ ਹੈਗੀ ਹੈ, ਕਿਸਾਨ ਸੰਘਰਸ਼ ਨੂੰ ਹੋਰ ਕਿਹੜੇ ਸਾਥ ਦੀ ਲੋੜ ਹੈਗੀ ਹੈ, ਇਹੋ ਜਿਹੇ ਕਈ ਸਵਾਲ ਕੀਤੇ ਜਾ ਰਹੇ ਆ। ਇਹਨਾਂ ਸਵਾਲਾਂ ਦੇ ਵਿਚਾਲੇ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਆਪਦਾ ਅਗਲਾ ਪਲਾਨ ਦੱਸ ਦਿੱਤਾ, ਪਰ ਇਸ ਪਲਾਨ ਦੇ ਵਿਚਾਲੇ ਇੱਕ ਚਿਹਰਾ ਇਹੋ ਜਿਹਾ ਗੁਰਨਾਮ ਸਿੰਘ ਚੜੂਨੀ, ਜਿਨ੍ਹਾਂ ਦੇ ਪਲਾਨ ਵੱਖਰੇ ਹੁੰਦੇ ਆ, ਜਿਨ੍ਹਾਂ ਦੇ ਪਲਾਨ ਮੌਕੇ ਦੇ ਹਿਸਾਬ ਨਾਲ ਬਦਲ ਜਾਂਦੇ ਆ, ਉਹੀ ਅੱਜ ਸਾਡੇ ਨਾਲ ਮੌਜੂਦ ਹੋਣਗੇ। ਗੁਰਨਾਮ ਸਿੰਘ ਚੜੂਨੀ ਹੋਰਾਂ ਤੋਂ ਸਵਾਲ ਅਸੀਂ ਕਰਾਂਗੇ, ਗੁਰਨਾਮ ਸਿੰਘ ਚੜੂਨੀ ਦਾ ਪਲਾਨ ਕੀ ਹੈ? ਇਸ ਵਕਤ ਗੁਰਨਾਮ ਸਿੰਘ ਚੜੂਨੀ ਸਾਡੇ ਨਾਲ ਮੌਜੂਦ ਨੇ। ਗੁਰਨਾਮ ਸਿੰਘ ਚੜੂਨੀ ਉਹ ਚਿਹਰਾ ਨੇ ਜਿਨ੍ਹਾਂ ਨੇ ਜਦੋਂ ਪੰਜਾਬ ਤੋਂ ਇਹ ਸੰਘਰਸ਼ ਤੁਰਿਆ ਸੀਗਾ ਅਤੇ ਹਰਿਆਣੇ ਦੇ ਵਿੱਚ ਜਿਹੜੇ ਬੈਰੀਕੇਡ ਤੋੜੇ ਗਏ ਸੀਗੇ, ਬੈਰੀਕੇਡ ਤੋਂ ਅੱਗੇ ਵਧਣ ਦਾ ਹੌਸਲਾ ਗੁਰਨਾਮ ਸਿੰਘ ਚੜੂਨੀ ਹਰਨ ਦਿੱਤਾ ਸੀਗਾ, ਅਤੇ ਉਹ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ। ਗੁਰਨਾਮ ਸਿੰਘ ਚੜੂਨੀ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਚੜੂਨੀ ਸਾਹਿਬ, ਮੇਰਾ ਪਹਿਲਾ ਸਵਾਲ ਇਹੀ ਹੈ ਸਰ, 26 ਜਨਵਰੀ ਤੋਂ ਪਹਿਲਾਂ ਤੁਸੀਂ ਬੜੀਆਂ ਗਰਮ ਗੱਲਾਂ ਕਰਦੇ ਸੀ, ਬੜੀਆਂ ਜੋਸ਼ੀਲੀਆਂ ਗੱਲਾਂ ਕਰਦੇ ਸੀਗੇ, ਹੁਣ ਤੁਸੀਂ ਉਹੋ ਜਿਹੀਆਂ ਗੱਲਾਂ ਨਹੀਂ ਕਰਦੇ, ਉਹਨਾਂ ਤੋਂ ਗਰੇਜ਼ ਕਰਦੇ ਪਏ ਹੋ, ਤੁਹਾਡੀ ਸਟ੍ਰੈਟਜੀ ਵਿੱਚ ਕੋਈ ਬਦਲਾਵ ਆਇਆ ਸਰ ਜਾਂ ਸਮੇਂ ਦੀ ਲੋੜ ਹੈ? ਨਹੀਂ, ਕੋਈ ਬਦਲਾਵ ਨਹੀਂ ਆਇਆ, ਬਸ ਫਰਕ ਇੰਨਾ ਕੁ ਹੈ ਵੀ 26 ਤਰੀਕ ਨੂੰ ਜੋ ਕੁਛ ਸਾਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਕਰ ਨਹੀਂ ਪਾਏ, ਤੇ ਜੋ ਕੁਛ ਉਧਰ ਹੋਇਆ ਉਹ ਸਾਡਾ ਕਰਨ ਦਾ ਇਰਾਦਾ ਨਹੀਂ ਸੀ, ਤੇ ਉਸ ਨੇ ਸਾਨੂੰ ਇੱਕ ਝਟਕਾ ਦਿੱਤਾ ਹੈ, ਪੂਰੇ ਅੰਦੋਲਨ ਨੂੰ ਉਹਦੇ ਨਾਲ ਨੁਕਸਾਨ ਹੋਇਆ ਹੈ। ਤੇ ਬੜੀ ਗੱਲ ਇਹ ਸੀ ਕਿ ਵੀ ਜਿਹੜਾ ਖਤਰਾ ਪੈਦਾ ਇਹ ਹੋ ਗਿਆ ਸੀ ਕਿ BJP ਨੇ ਇਹ ਪ੍ਰਚਾਰ ਕਰਤਾ ਕਿ ਉੱਥੇ ਖਾਲਿਸਤਾਨੀ ਝੰਡਾ ਚੜ੍ਹਾ ਦਿੱਤਾ, ਜਦੋਂ ਕਿ ਉਹ ਧਾਰਮਿਕ ਝੰਡਾ ਸੀ, ਤੇ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਸਾਨੂੰ ਬੜੀ ਚਿੰਤਾ ਇੱਕਦਮ ਹੋ ਗਈ ਸੀ, ਪਰ ਪਰਮਾਤਮਾ ਨੇ ਦਇਆ ਕੀਤੀ, ਮਿਹਰ ਕੀਤੀ, ਉਹ ਬਹੁਤ ਛੇਤੀ ਕੰਟਰੋਲ ਹੋ ਵੀ ਗਿਆ। ਪਰ ਉਹਦੇ ਨਾਲ ਇੱਕ ਅੰਦੋਲਨ ਨੂੰ ਬਹੁਤ ਜ਼ਿਆਦਾ ਝਟਕਾ ਪਿਆ ਹੈ, ਜਿਹੜਾ ਜਿਹਦੀ ਭਰਪਾਈ ਹੁੰਦੀ ਆ ਕੋਈ ਟਾਈਮ ਲੱਗ ਗਿਆ। ਚੜੂਨੀ ਸਾਹਿਬ, ਤੁਸੀਂ ਇੱਕ ਪਾਸੇ ਕਹਿੰਦੇ ਹੋ ਸ਼ਾਂਤੀ ਨਾਲ ਪ੍ਰਦਰਸ਼ਨ ਕਰੋ, ਇੱਕ ਪਾਸੇ ਨਾਲ ਤੁਸੀਂ ਇਹ ਵੀ ਕਹਿੰਦੇ ਹੋ ਕਿ ਇਹ ਵੀ ਨਾ ਹੋਵੇ ਕਿ ਪਤਾ ਹੀ ਨਾ ਲੱਗਿਆ ਕਿ ਮੁਜ਼ਾਹਰਾ ਹੋਇਆ, ਸਰ ਇਹਦਾ ਮਤਲਬ ਕੀ ਹੈ ਸਰ, ਥੋੜ੍ਹਾ ਸਮਝਾਓ ਗੁਰਨਾਮ ਸਿੰਘ ਚੜੂਨੀ। ਬਿਲਕੁਲ, ਮਤਲਬ ਬੜਾ ਸਾਫ਼ ਹੈ ਵੀ ਅਸੀਂ ਮਾਰਾਂਗੇ ਨਹੀਂ ਪਰ ਮੰਨਾਂਗੇ ਵੀ ਨਹੀਂ, ਅਸੀਂ ਕਿਸੇ 'ਤੇ ਹਮਲਾ ਨਹੀਂ ਕਰਾਂਗੇ, ਬਈ ਆਪਾਂ ਕੋਈ ਡੰਡੇ ਚੱਕਾਂਗੇ, ਆਪਾਂ ਕੋਈ ਬੱਟੇ ਚੱਕਾਂਗੇ, ਆਪਾਂ ਕੋਈ ਇਸ ਤਰ੍ਹਾਂ ਦਾ ਕੋਈ ਉੱਗਰ ਅੰਦੋਲਨ ਕਰਾਂਗੇ, ਪਰ ਇਹ ਹੈ ਕਿ ਵੀ ਇਹ ਵੀ ਨਹੀਂ ਹੈ ਵੀ ਅਸੀਂ ਕੋਈ ਅੱਗੇ ਪਾਲੇ ਨੂੰ ਹੱਥ ਲਾ ਕੇ ਪਰ ਆਪਣੇ ਘਰ ਨੂੰ ਵਾਪਸ ਆ ਜਾਵਾਂਗੇ, ਜੇ ਆਪਾਂ ਪਾਲੇ ਨੂੰ ਹੱਥ ਲਾ ਕੇ ਘਰ ਨੂੰ ਵਾਪਸ ਆ ਜਾਈਏ ਫਿਰ ਤਾਂ ਸਰਕਾਰ 'ਤੇ ਕੋਈ ਮੰਤਵੀ ਅਸਰ ਹੀ ਨਹੀਂ। ਬਈ ਅੰਦੋਲਨ ਜਿਸ ਤਰ੍ਹਾਂ ਸਾਡੇ ਪਿਛਲੇ ਅੰਦੋਲਨ ਰਹੇ ਨੇ, ਚਾਹੇ ਉਹ ਜਦੋਂ ਤੇ ਅਸੀਂ ਅੰਦੋਲਨ ਕਰਨ ਲੱਗੇ ਹਾਂ, ਚਾਹੇ ਉਹ ਗੰਨੇ ਦਾ ਅੰਦੋਲਨ ਰਿਹਾ, ਚਾਹੇ ਉਹ ਕੈਥਲ ਬਾਈਪਾਸ ਦਾ ਅੰਦੋਲਨ ਰਿਹਾ, ਚਾਹੇ ਉਸ ਤੋਂ ਪਹਿਲਾਂ ਕੁਰੂਕਸ਼ੇਤਰ ਬੀਪੁਰ ਝੀਲ ਦਾ ਅੰਦੋਲਨ ਰਿਹਾ, ਬਈ ਅੰਦੋਲਨ ਉਸ ਤਰ੍ਹਾਂ ਦਾ ਜਿਹਦੇ ਨਾਲ ਸਰਕਾਰ ਦੀ ਟੈਂਸ਼ਨ ਖੜੀ ਹੋ ਜੇ ਵੀ ਜੇ ਇਹ ਅੰਦੋਲਨ ਨਾ ਨਿਬੇੜਿਆ, ਜੇ ਇਹਨਾਂ ਦੀ ਗੱਲ ਨਾ ਮੰਨੀ, ਤੇ ਫਿਰ ਜਿਹੜਾ ਹੈ ਸਰਕਾਰ ਨੂੰ ਦੀ ਇੱਕ ਟੈਂਸ਼ਨ ਖੜੀ ਹੋਏਗੀ, ਸਰਕਾਰ ਨੂੰ ਪ੍ਰੋਬਲਮ ਹੋਏਗੀ ਜਿਹੜਾ ਹੈ ਕੰਟਰੋਲ ਕਰਨ ਦੀ, ਉਹਦੀ ਬਦਨਾਮੀ ਹੋਏਗੀ ਜਨਤਾ ਦੇ ਵਿੱਚ। ਇਸ ਤਰ੍ਹਾਂ ਦਾ ਕੰਮ ਤਾਂ ਸਾਨੂੰ ਕਰਨਾ ਹੀ ਪਏਗਾ, ਜੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਸਕਦੇ ਜਿਹਦੇ ਸਰਕਾਰ ਦੇ ਦਬਾਅ ਪਏ
फिर उस अंदोलन नाल सरकार नहीं मानती। जिवें आपां हुण बैठे हाँ उदाहरण के तौर पर जी, असीं 2 महीने तो बैठे हाँ, तो कोई किसी का दिवस आया आपां मना लिया, कोई चलो ये लेडीज दिवस आ गया, मजदूर दिवस आ गया, शहीदी दिवस आ गया, मना लिया, पर उहदे नाल सरकार नूं की फर्क पिया? नहीं पिया। सरकार नूं फर्क उदों पेगा जदों सरकार ने, जिस तरह फर्ज करो आपां दिल्ली घेरन का फैसला कर लिया सी, ते जे आपां जिथे वह बैरीअर लाए जे आपां उत्थे ही बह जांदे सी, सरकार ते निश्चिंत सी, सरकार नूं की फर्क सी? ते जाके आपां दिल्ली जदों घेर ली, दिल्ली की 5 सीमा सील हो गई, फिर सरकार हली, तो हुण असीं 2 महीने तो फिर असीं शांति शांति पुकार रहे हाँ, तो सरकार हुण फिर चुप है, तो हुण सानूं फिर जिहड़ा है वह सक्रिय होना पेगा जदों तक असीं कोई इस तरह का अंदोलन नहीं करांगे जिहदे नाल सरकार की टेंशन खड़ी हो जाए, जिहदे नाल सरकार नूं चिंता होए कि भी हुण इहनां दा की करिए, उदों तक सरकार जिहड़ा है वह अगला कदम नहीं चुकेगी। चरणूनी साहब, जब तक मैनूं याद है तुसीं लगातार 26 जनवरी तो पहलां भी तुसीं ये कहिंदे रहे हो कि पार्लीमेंट कूच करना चाहिए, संसद का घराव करना चाहिए, तुसीं वार वार वक् वक् लोगों ना गल करदे आ, वक् स्टेजा तो मंचा तो ये गल्लां तुसीं करदे रहे हो चरणूनी साहब, हुण तुहाडी गल पूरी हो गई है चरणूनी साहब, संसद का घराव करन दी तैयारी हो चुकी है, पर चरणूनी साहब इस दे लई प्लान की बनाया? तुसीं लोग कहिंदे हो कि इत्थों पैदल जावांगे असीं, सर बॉर्डर तो पार्लीमेंट तक की दूरी किन्नी है, मौसम किदां दा है, तुसीं लोग किवें जाओगे, कितें 26 जनवरी वाला हाल तो नहीं हो जूगा सर? देखो जदों बंदा घर तो निकलता है ना, फर्ज करो आपने 100 किलोमीटर दूर जाना, 100 किलोमीटर दूर अपनी मंजिल है, पर आपां रस्ता जिहड़ा नज़र आ रहा वो एक किलोमीटर तक का रस्ता नज़र आ रहा, किलोमीटर तो अगे सानू नज़र नहीं आ रहा, असी किलोमीटर जाएंगे तो अगला किलोमीटर नज़र आ जाएगा, असी अगला किलोमीटर जाएंगे तो अगला किलोमीटर नज़र आ जाएगा, इस तरह यह प्रकृति है, इस तरह चलता। जिदन दिल्ली का घिराव करना सी या दिल्ली कूच करना सी, उस दिन भी सानू किहड़ा पता सी असी दिल्ली तक पहुंच, असी तो एक लह के चले से भी साडा इरादा यह है भी जिथे बैरीकेड लाणगे असी तोड़ांगे तो असी जाएंगे, सरकार डंडे मारेगी असी खावांगे, सरकार कुछ होर भी ज्यादती करेगी तो अं चलांगे, इहो ही इरादा होना है भी सरकार जो करेगी असी चलांगे, असी सरकार से कोई हमला नहीं करना, डंडे मारेंगे असी खावांगे जी। गुरनाम सिंह चडूनी, मैं आ रहा तुहाडे कोल वापस आ रहा सर, एक छोटा वक्फा ले लिए, वक्फे तो वापस आवेंगे। गुरनाम सिंह चडूनी हर तो यह भी सवाल होणगे कि नौजवानों का दबाव पा के इस संघर्ष में कितने होर पास ले जाने की कोशिश तो नहीं की जा रही, कि गुरनाम सिंह चडूनी हर का इन्हां ते की बयान होगा? यह सवाल अपने आप महत्वपूर्ण है, क्योंकि जदों इस अंदोलन के विचाले किसान लीडरशिप में यह कह के पासे करन की कोशिश की जा रही हो कि यूथ है जिहड़ा वह फैसला करेगा। गुरनाम सिंह चडूनी कोल वापस आ रहे, चलता रहे एक बार फिर थोड़ा स्वागत करते हैं। गुरनाम सिंह चडूनी साडा मौजूद है। चडूनी साहब, मैं सर ये सवाल कर रहा सीगा कि 26 जनवरी वाला हाल तो नहीं हो जूगा जिहड़ा तुसीं पार्लीमेंट का घराव करने का प्लान बनाया? नहीं, उस तो असीं सबक सीख रहे हाँ, तो उस तो सबक सीख के असीं उन सारी चीज़ों पर कंट्रोल रखांगे जिहड़ियां दा सानूं खतरा है, तो जिहड़े इस तरह के करन दा खतरा है भी ये ग्रुप इस तरह कर सकता है, उन्हां ग्रुपां नाल भी पहलां गल करांगे भी आ ते तुसीं अगे जाओ ना, जे जाओ तो फिर कंट्रोल च रहना है, उन्होंने सारे नाल गल करांगे, उहदी 4-5 मैंबर की कमेटी बनावांगे, जिहड़े कमेटी ये सारी चीज़ नूं पहला तो सैटल करके पहला तो देखेगी, तो साड़ी जिहड़ी है वह कोशिश ये रहेगी कि साडा बिल्कुल शांतिपूर्वक होए, तो इस तरह का जिहड़ा 26 तरीक नूं होया उस तरह की कोई घटना ना। चडूनी साहब, तुसीं ग्रुप का जिक्र किया, एक पास तुसीं नाल ये कहिंदे सीगे एजेंसियां जिहड़ियां वो साडे संघर्ष दे विच रुकावट पा रही हैं, वो संघर्ष दे विच आपदा जिहड़ा एजेंडा फिट कर रही हैं। चडूनी साहब, तुसीं ग्रुप किहड़े कह रहे हो, मैनूं तां इक वो समझा दो सर, ते एजेंसियां तो किवें बचोगे जिहड़ियां एजेंसियां ते इल्जाम लाउंदे रहे हो तुसीं? ग्रुप असीं कह रहे हां भी 4-5 बंदिआं दी इक कमेटी किसान संगठनां दे प्रतिनिधियां दी जिहड़ी इस पूरे मामले ते गौर रखेगी, जिहड़ी पूरे मामले ते नहीं भाई केड़ा ग्रुप जिहड़ा ग्रुप दा मतलब। चडूनी साहब तुसीं ग्रुप जिहड़ा कह रहे हो, मैं उस ग्रुप दा जिक्र कर रहा जिहड़ा तुसीं कह रहे हो सी ग्रुप है जिहड़ा कित्थों तक जाऊगा, वह किवें कंट्रोल च रहूगा, मैं उस ग्रुप दी गल कर रहा सर। हाँ, मैं ग्रुप इस तरह कह रहा वा जिवें जिवें पिछे लखन सिधाणे दी गल आई सी या जिवें पिछे जिहड़े अगे बैठे ने बैरीकेड तो अगे भंधेर होणी बैठे ने, इस तरह मैं ग्रुप करके गल कर रहा भी उन्होंने पहला सैटल करके पहला गल करके भी आपने इस तरह का प्रोग्राम बनाना, हुण तुसीं दसो इहदे नाल किवें सहमत होवोगे,
ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਜਾਂ ਤੁਸੀਂ ਜਿਹੜਾ ਹੈ ਸਾਡੇ ਨਾਲ ਨਹੀਂ ਚੱਲਣਾ ਚਾਹੁੰਦੇ ਜਾਂ ਚੱਲਣਾ ਚਾਹੁੰਦੇ ਤੇ ਫਿਰ ਕਿਵੇਂ ਤੁਸੀਂ ਚੱਲਣਾ ਚਾਹੋਗੇ। ਇਹ ਸਾਰੀ ਗੱਲਾਂ ਪਿਛਲੇ ਵਾਰੀ ਅਸੀਂ ਜਿਹੜਾ ਹੈ ਢੰਗ ਨਾਲ ਤੈਅ ਨਹੀਂ ਕਰ ਪਾਏ, ਪਰ ਇਸ ਵਾਰੀ ਅਸੀਂ ਉਹਨਾਂ ਨੂੰ ਸਾਰੀਆਂ ਨੂੰ ਤੈਅ ਕਰਕੇ ਫਿਰ ਅਸੀਂ ਚੱਲਾਂਗੇ। ਤੁਹਾਨੂੰ ਲੱਗਦਾ ਕਿ ਮਿਸਟਰ ਪੰਧੇਰ ਹਰਾਂ ਦਾ ਗਰੁੱਪ ਹੈ ਤੇ ਲੱਖਾ ਸਜਾਣਾ ਹਰਾਂ ਦਾ ਜਿਹੜਾ ਸਾਰਾ ਇਹ ਰਣਨੀਤੀ ਹੈਗੀ ਹੈ, ਉਸਨੇ 26 ਜਨਵਰੀ ਤੁਹਾਡੇ ਸੰਘਰਸ਼ ਨੂੰ ਖਰਾਬ ਕੀਤਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? हाँ, असी ये कहना चाह रहे हैं कि पिछले वरी साड़ी विचारधारा मेल नहीं सी खाई। कुछ कहिंदे सी इस रस्ते नूं जाना है, कुछ कहिंदे सी उस रस्ते नूं जाना है। वो विचारधारा मेल नहीं खाई, विचारधारा ना मेल खाण करके फिर कुछ लोगों नूं इह होया भी तुसीं जिहड़ा है इहदे ज़्यादा अगे वध के दिखाओ ते उहदे जिहड़ा है फिर गड़बड़ी पैदा होगी। पर इस वरी जिहड़ा उह हालात नहीं है, क्योंकि उन्होंने भी पिछले बार तो सबक सीखिया है, असी भी पिछले बार तो सबक सीखिया। एक नौजवान तुहाडा साथी है नवदीप, नवदीप तुहाडे कहने विच है? नहीं, मेरे कहने तो थोड़ा जा बागी है, पर ओ ए है कि भी मेरे ग्रुप च है सी, पर थोड़ा जा बागी हो जाता है। वह भी लखे सुधाने की चाल से चलता है, लखे सुधाने के ज्यादा नेड़े है। तो लखे सुधाने कहांगे तो वह, क्योंकि लखे सुधाने जो समझौता हो रहा है तो वह सारी गल मनन वास्ते तैयार है, तो नवदीप भी मन जाएगा। ਤੇ ਨਵਦੀਪ ਹਰਾ ਪਿੱਛੇ ਜਿਹੜਾ ਯੂਥ ਹੈ, ਲੱਖਾ ਸਜਾਣਾ ਹਰੇ ਪਿੱਛੇ ਜਿਹੜਾ ਯੂਥ ਹੈਗਾ, ਤੁਸੀਂ ਸਰ ਉੱਥੋਂ ਤੀਕਰ ਹੀ ਮੰਨਦੇ ਹੋ ਕਿ ਯੂਥ ਉਹਨਾਂ ਦੇ ਪਿੱਛੇ ਹੀ ਹੈ? ਹੋਰ ਯੂਥ ਵੀ ਉੱਥੇ ਬੈਠਾ ਸਰ, ਯੂਨੀਵਰਸਿਟੀ ਕਾਲਜਾਂ ਦੇ ਵਿੱਚੋਂ ਯੂਥ ਉੱਥੇ ਬੈਠਾ ਹੋਇਆ, ਉਹਨਾਂ ਦੀ ਗਿਣਤੀ ਕਿਤੇ ਨਹੀਂ ਆ ਰਹੀ? ਲੱਖਾ ਸਜਾਣਾ, ਨਵਦੀਪ, ਇਹਨਾਂ ਦਾ ਜ਼ਿਕਰ ਹੀ ਹੋ ਰਿਹਾ ਸਿਰਫ, ਕਿਉਂ ਚੜੂਨੀ ਸਾਹਿਬ? ਕਿ ਇਹਨਾਂ ਮਗਰ ਜ਼ਿਆਦਾ ਯੂਥ ਹੈ? ਨਹੀਂ ਨਹੀਂ ਨਹੀਂ, ਇਹੋ ਜਿਹਾ ਕੁਛ ਨਹੀਂ ਹੈ ਕਿ ਉਹਨਾਂ ਦੇ ਮਗਰ ਜ਼ਿਆਦਾ ਯੂਥ ਹੈ ਜਾਂ ਦੂਜੇ ਪਾਸੇ ਯੂਥ ਹੈ ਨਹੀਂ ਜਾਂ ਸਾਡੇ ਕਹੇ ਤੋਂ ਯੂਥ ਆਉਂਦਾ ਨਹੀਂ, ਉਹ ਨਹੀਂ ਹੈ। ਪਰ ਵਿਚਾਰਧਾਰਾ ਦਾ ਉਮਰ ਦਾ ਫਰਕ ਹੁੰਦਾ ਹੈ। ਇੱਕ ਉਮਰ ਹੁੰਦੀ ਹੈ ਜਿਹਦੇ ਚ ਗਰਮ ਵਿਚਾਰਧਾਰਾ ਨੂੰ ਜ਼ਿਆਦਾ ਪਸੰਦ ਕਰੀਦਾ ਹੈ। ਜਦੋਂ ਉਹੀ ਬੰਦਾ 50 ਸਾਲ ਕ੍ਰੋਸ ਕਰ ਜਾਂਦਾ ਹੈ, 60 ਸਾਲ ਕ੍ਰੋਸ ਕਰ ਜਾਂਦਾ ਹੈ, ਉਸੇ ਬੰਦੇ ਦੀ ਵਿਚਾਰਧਾਰਾ ਬਦਲ ਜਾਂਦੀ ਹੈ। ਯਾਨੀ 25 ਸਾਲ ਦੀ ਉਮਰ 'ਚ ਵਿਚਾਰਧਾਰਾ ਹੋਰ ਹੁੰਦੀ ਹੈ, 50 ਸਾਲ ਦੀ ਉਮਰ 'ਚ ਵਿਚਾਰਧਾਰਾ ਹੋਰ ਹੁੰਦੀ ਹੈ, 75 ਸਾਲ ਦੀ ਉਮਰ 'ਚ ਵਿਚਾਰਧਾਰਾ ਹੋਰ ਹੁੰਦੀ ਹੈ। ਉਹ ਉਮਰ ਦਾ ਫਰਕ ਥੋੜ੍ਹਾ ਜਿਹਾ ਹੁੰਦਾ ਹੈ। ਇਹ ਨਹੀਂ ਹੈ ਕਿ ਉਹਨਾਂ ਦੇ ਪਿੱਛੇ ਸਾਰਾ ਕੁਝ ਹੈ। ਜੇ ਜਿਹੜਾ ਯੂਥ ਹੈ ਉਹ ਇੰਨਾ ਸਮਝਦਾਰ ਵੀ ਹੈ, ਮਤਲਬ ਬਿਲਕੁਲ ਉਹ ਨਹੀਂ ਹੈ ਕਿ ਵੀ ਕੋਈ ਅਨਪੜ੍ਹ ਹੈ, ਉਹ ਸਮਝਦਾਰ ਵੀ ਹੈ, ਗੱਲ ਨੂੰ ਸਮਝਦੇ ਨੇ। ਤੇ ਯੂਥ ਇਹ ਨਹੀਂ ਹੈ ਕਿ ਵੀ ਯੂਥ ਸਾਡੇ ਨਾਲ ਜਿਹੜਾ ਹੈ ਉਹ ਕੋਈ ਨਾਰਾਜ਼ ਹੈ ਜਾਂ ਕੋਈ ਕਿਸ ਤਰ੍ਹਾਂ ਹੈ ਜਾਂ ਉਹ ਸਾਡੇ ਕਿਸੇ ਤੋਂ ਆਉਂਦਾ ਨਹੀਂ, ਖੂਬ ਆ ਰਹੇ ਹੈ, ਉਹ ਕੋਈ ਸਮੱਸਿਆ ਹੈ ਨਹੀਂ ਜਿਹੜੀ ਆਪਾਂ ਗੱਲ ਕਰੀਏ ਵੀ ਉਹਨਾਂ ਪਿੱਛੇ ਜਾਂ ਉਹਨਾਂ ਦੇ ਕਹਿਣ ਤੋਂ ਬਿਨਾਂ ਆਏਗਾ ਨਹੀਂ ਜਾਂ ਉਹਨਾਂ ਦੇ ਕਹਿਣ ਤੋਂ ਹੀ ਸਾਰਾ ਆਏਗਾ, ਇਹੋ ਜਿਹਾ ਕੁਛ ਹੈ ਨਹੀਂ। ਚਰੂਨੀ ਸਾਹਿਬ, ਤੁਸੀਂ ਪਹਿਲਾਂ ਵੀ ਇਹ ਗੱਲਾਂ ਕਰਦੇ ਸੀਗੇ ਕਿ ਬੈਰੀਕੇਡ ਅਸੀਂ ਤੋੜਾਂਗੇ, ਜੇ ਪੁਲਿਸ ਸਾਡੇ ਡੰਡੇ ਮਾਰੂਗੀ ਅਸੀਂ ਖਾ ਲਵਾਂਗੇ, ਅਸੀਂ ਅੱਗੋਂ ਹੱਥ ਨਹੀਂ ਚੱਕਣਾ ਗਾ। ਸਰ, ਮੀਟਿੰਗਾਂ ਵਿੱਚ ਤੁਸੀਂ ਬੜੇ ਗਰਮ ਹੋ ਜਾਣਾ ਚਰੂਨੀ ਸਾਹਿਬ, ਤੁਸੀਂ ਆਪਦੇ ਤੁਸੀਂ ਕਹਿੰਦੇ ਉਮਰ ਤੋਂ ਬਾਅਦ ਬੰਦੇ ਵਿਚਾਰਧਾਰਾ ਬਦਲ ਜਾਂਦੀ ਹੈ ਚਰੂਨੀ ਸਾਹਿਬ, ਪਰ ਮੈਨੂੰ ਜਿੰਨਾ ਕੁ ਪਤਾ ਸਰ, ਮੀਟਿੰਗਾਂ ਵਿੱਚ ਤੁਹਾਡੀ ਵਿਚਾਰਧਾਰਾ ਨਹੀਂ ਬਦਲਦੀ ਸਰ, ਤੁਸੀਂ ਬੜੇ ਤੱਤੇ ਰਹਿੰਦੇ ਹੋ। ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਵਿਚਾਰਧਾਰਾ ਜਿਹੜੀ ਮੇਰੀ 25 ਸਾਲ ਦੀ ਉਮਰ ਦੇ ਵਿੱਚ ਸੀ ਉਹ ਅੱਜ ਨਹੀਂ ਹੈ, ਉਹਦੇ 'ਚ ਫਰਕ ਹੈ। ਆਪਾਂ ਜਿਹੜਾ ਹੈ ਸਾਰਿਆਂ ਨੂੰ ਸੈਟਲ ਕਰਕੇ ਚੱਲਦੇ ਹਾਂ। ਚਰੂਨੀ ਸਾਹਿਬ, ਤੁਸੀਂ ਬੜੇ ਗਰਮ ਰਹਿੰਦੇ ਹੋ ਬੈਠਕਾਂ ਵਿੱਚ, ਮੈਂ ਤਾਂ ਸਵਾਲ ਵਾਰ ਵਾਰ ਤੁਹਾਨੂੰ ਇਹ ਕਰ ਰਿਹਾ, ਉਹ ਬੈਠਕਾਂ ਵਿੱਚ ਜਿਹੜੀ ਗਰਮੀ ਹੈ ਉਹ ਜ਼ਮੀਨ 'ਤੇ ਉਤਾਰਨ ਦੇ ਲਈ ਤੁਹਾਨੂੰ ਜਥੇਬੰਦੀਆਂ ਮਨ੍ਹਾ ਕਰ ਦਿੰਦੀਆਂ, ਚਰੂਨੀ ਸਾਹਿਬ ਦਾ ਜਿਹੜਾ ਸੁਝਾਅ ਹੈਗਾ ਉਹ ਪ੍ਰਵਾਨ ਨਹੀਂ ਕੀਤਾ ਜਾਂਦਾ ਹੈਗਾ? ਤੁਹਾਨੂੰ ਕੁਛ ਮੇਰਾ ਜ਼ਿਆਦਾ ਹੀ ਭੇਤ ਹੈ ਖੈਰ, ਪਰ ਫਿਰ ਵੀ ਕੋਈ ਨਹੀਂ, ਆਪਾਂ ਸਮਝੌਤਾ ਕਰਕੇ ਚੱਲਦੇ ਹਾਂ ਅਤੇ ਸੈਟਲ ਕਰਕੇ ਚੱਲਦੇ ਹਾਂ, ਉਹ ਸੈਟਲ ਸਾਰਾ ਸੈਟਲ ਹੋ ਕੇ ਕੰਮ ਹੋਵੇਗਾ। ਚਲੋ, ਤੁਸੀਂ ਕਿਹਾ ਕਿ ਮੈਨੂੰ ਤੁਹਾਡਾ ਜ਼ਿਆਦਾ ਭੇਤ ਹੈਗਾ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਸਰ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵੱਧਦੇ ਹਾਂ। 26 ਜਨਵਰੀ ਤੋਂ ਪਹਿਲਾਂ ਚੜੂਨੀ ਸਾਹਿਬ ਜਿਹੜੀ ਬੈਠਕਾਂ 'ਚ ਗੱਲਾਂ ਕਰਦੇ ਸੀ, ਅੱਜ ਵੀ ਉਹੀ ਕਰਦੇ ਆ ਜਾਂ ਬਦਲ ਲਿਆ ਤੁਸੀਂ ਆਪਦੀ ਵਿਚਾਰਧਾਰਾ ਬਦਲ ਲਈ ਹੈ? ਨਹੀਂ ਨਹੀਂ, ਬਦਲੀ ਨਹੀਂ, ਮੇਰੀ ਤਾਂ ਉਹੀ ਹੈ ਜੇ, ਮੇਰੀ ਤਾਂ ਵਿਚਾਰਧਾਰਾ ਇੱਕੋ ਹੀ ਹੈ ਅਤੇ ਉਹ ਬੜਾ ਮਤਲਬ ਅੰਦੋਲਨ ਨੂੰ ਸਿਰੇ ਕਿਵੇਂ ਲਾਇਆ ਜਾਏ, ਅੰਦੋਲਨ ਨਾਲ ਆਪਣਾ ਸਰਕਾਰ ਨੂੰ ਮਨਵਾ ਕਿਵੇਂ ਸਕਦੇ ਹਾਂ, ਖਾਲੀ ਦਿਖਾਉਣ ਵਾਸਤੇ ਨਾ ਹੋਵੇ, ਮਨਵਾਉਣ ਵਾਸਤੇ ਵੀ ਹੋਵੇ, ਉਹੀ ਵਿਚਾਰਧਾਰਾ ਪਹਿਲਾਂ ਸੀ, ਉਹੀ ਵਿਚਾਰਧਾਰਾ ਹੋਵੇ। ਪਾਰਲੀਮੈਂਟ ਸਰ ਤੁਹਾਨੂੰ ਜਾਣ ਨਹੀਂ ਦੇਣਾਗਾ ਸਰਕਾਰ ਨੇ, ਇਹ ਤੁਹਾਨੂੰ ਵੀ ਪਤਾ ਚਰੂਨੀ ਸਾਹਿਬ, ਫਿਰ ਤੁਹਾਡੀ ਰਣਨੀਤੀ ਕੀ ਰਹੂਗੀ? ਨਹੀਂ ਨਹੀਂ, ਸਾਨੂੰ ਤਾਂ ਇਹ ਪਤਾ ਕਿ ਜਾਣ ਦੇਣਗੇ, ਜਾਣ ਕਿਵੇਂ ਨਾ ਦੇਣਗੇ, ਕੀ ਕਰ ਸਕਦੇ ਨੇ ਸਾਡਾ, ਉਹ ਮਾਰ ਸਕਦੇ ਨੇ ਸਾਨੂੰ, ਜਾਣ ਤੋਂ ਮਾਰ ਸਕਦੇ ਨੇ, ਦੱਸੋ ਕੀ ਕਰ ਸਕਦੇ ਨੇ? ਉਹ ਸਾਨੂੰ ਡੰਡੇ ਮਾਰਨਗੇ ਅਸੀਂ ਖਾਵਾਂਗੇ, ਉਹ ਸਾਨੂੰ ਪਾਣੀ ਮਾਰਨਗੇ ਅਸੀਂ ਖਾਵਾਂਗੇ, ਉਹ ਸਾਨੂੰ ਜੇਲ੍ਹ 'ਚ ਧੱਕੇ ਨਾਲ ਚੱਕ ਕੇ ਲਿਜਾਣਗੇ ਅਤੇ ਲੈ ਜਾਣ, ਉਂਝ ਤਾਂ ਅਸੀਂ ਗ੍ਰਿਫਤਾਰੀ ਵੀ ਨਹੀਂ ਦੇਣੀ, ਬੈਰੀਕੇਡ ਲਾਣਗੇ ਅਸੀਂ ਤੋੜਾਂਗੇ, ਅਤੇ ਉਹ ਸਾਡਾ ਕੀ ਕਰ ਸਕਦੇ ਨੇ?
ਜਦੋਂ ਲੱਖਾਂ ਲੋਕ ਉੱਥੇ ਮੌਜੂਦ ਹੋਏਗਾ ਤੇ ਉਹ ਕੀ ਕਰ ਸਕਦੇ ਨੇ ਲੱਖਾਂ ਲੋਕਾਂ ਦਾ ਲੋਕਤੰਤਰ ਦੇ ਵਿੱਚ ਉਹਨਾਂ ਕੋਲ ਕੀ ਚਾਰਾ ਹੈ ਗੋਲੀ ਨਹੀਂ ਮਾਰ ਸਕਦੇ ਜੀ ਉਹ ਤੁਹਾਨੂੰ ਦੱਸਾਂ ਲੋਕਤੰਤਰ ਦੇ ਵਿੱਚ ਗੋਲੀ ਮਾਰਨ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਉਹ ਤਾਂ ਮਾਰਦੇ ਨੇ ਜੇ ਅਸੀਂ ਉਪਦਰਵ ਕਰੀਏ ਅਸੀਂ ਕਰਨਾ ਨਹੀਂ ਅਸੀਂ ਕਰਨਾ ਨਹੀਂ ਉਹ ਡੰਡੇ ਮਾਰਨਗੇ ਅਸੀਂ ਲੇਟ ਜਾਂਗੇ ਲੈ ਵੀ ਮਾਰ ਲਓ ਤੁਸੀਂ ਰੱਜ ਕੇ ਜਿੰਨੇ ਮਾਰਦੇ ਹੋ ਅਸੀਂ ਉਹਨਾਂ ਦੇ ਅਤਿਆਚਾਰ ਸਹਾਂਗੇ ਉਹਦਾ ਕੋਈ ਇਲਾਜ ਨਹੀਂ ਉਹਨਾਂ ਕੋਲ ਹੈ ਤੇ ਉਹਨਾਂ ਨੂੰ ਅਸੀਂ ਜਾਂਗੇ ਸੰਸਦ ਤੇ ਜਾਂਗੇ ਉਹਨਾਂ ਉਹ ਸਾਨੂੰ ਰਸਤਾ ਦੇਣਗੇ ਚਰੂਣੀ ਸਾਹਿਬ ਤੁਹਾਡਾ ਸੰਘਰਸ਼ ਖੜੋਤ ਵਿੱਚ ਸਾਰਾ ਮੀਡੀਆ ਵੀ ਇਹੀ ਪ੍ਰਚਾਰ ਰਿਹਾ ਚਰੂਣੀ ਸਾਹਿਬ ਤੁਹਾਨੂੰ ਪਤਾ ਚਰੂਣੀ ਸਾਹਿਬ ਤੁਸੀਂ ਕਹਿ ਰਹੇ ਲੱਖਾਂ ਲੋਕ ਪਹੁੰਚਣਗੇ ਸਰ ਲੱਖਾਂ ਲੋਕ ਦੁਬਾਰਾ ਇਕੱਠੇ ਹੋ ਜਾਣਗੇ ਸਰ ਤੁਹਾਡੇ ਕਹਿਣ ਤੇ ਬਿਲਕੁਲ ਹੋ ਜਾਣਗੇ ਲੋਕਾਂ 'ਚ ਜਿੱਦਣ ਦੀ ਅਸੀਂ ਇਹ ਖਬਰ ਮਰਜ਼ੀ ਚਲਾਈ ਹੈ ਇਹ ਵੀ ਸੰਸਦ ਘੇਰਾਵ ਕਰਾਂਗੇ ਉਸੇ ਦਿਨ ਦਾ ਤੁਸੀਂ ਵੇਖੋ ਉਸੇ ਦਿਨ ਦੇ ਲੋਕਾਂ 'ਚ ਉਤਸ਼ਾਹ ਵੱਧ ਗਿਆ ਪੋਸਟਾਂ ਆ ਰਹੀਆਂ ਨੇ ਫਟਾਫਟ ਲੋਕਾਂ ਦੀ ਉਸੇ ਦਿਨ ਦਾ ਉਤਸ਼ਾਹ ਵੱਧ ਗਿਆ ਬਿਲਕੁਲ ਲੋਕ ਆਉਣਗੇ ਤੇ ਲੱਖਾਂ ਨਹੀਂ ਲੱਖਾਂ ਤੋਂ ਮਤਲਬ ਲੱਖਾਂ 'ਚ ਲੱਖਾਂ ਦੀ ਗਿਣਤੀ 'ਚ ਕਈ ਲੱਖ ਆਏ ਆਉਣਗੇ ਚਰੂਣੀ ਸਾਹਿਬ ਇਹ ਸੁਝਾਅ ਤੁਸੀਂ ਦਿੱਤਾ ਸੀ ਬੈਠਕ ਵਿੱਚ ਪਾਰਲੀਮੈਂਟ ਦਾ ਕਰਾਓ ਇਦੋਂ ਪਹਿਲਾਂ ਵੀ ਤੁਸੀਂ ਦਿੰਦੇ ਰਹੇ ਹੋ ਸੁਝਾਅ ਵੈਸੇ ਇਹ ਜਿਹੜਾ ਹੈ ਇਹ ਬੈਠਕ ਜਿੱਦਣ ਹੋਈ ਹੈ ਉੱਦਣ ਅਸੀਂ ਪਹਿਲਾਂ ਹਰਿਆਣੇ ਦੇ ਕੁਛ ਸੰਗਠਨ ਇਕੱਠੇ ਕੀਤੇ ਸੀ ਅਤੇ ਹਰਿਆਣੇ ਦੇ ਸੰਗਠਨਾਂ 'ਚ ਇਹ ਰਾਏ ਬਣੀ ਸੀ ਵੀ ਆਪਾਂ ਸੰਸਦ ਕੂਚ ਕਰੀਏ ਉਸ ਤੋਂ ਬਾਅਦ ਫਿਰ ਉਸ ਮੀਟਿੰਗ ਦੇ ਵਿੱਚ ਰੱਖਿਆ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਸੀ ਉੱਦਣ ਦੀ ਅਧਿਅਕਸ਼ਤਾ ਮੇਰੇ ਕੋਲ ਹੀ ਸੀ ਅਤੇ ਉੱਦਣ ਅਸੀਂ ਫਿਰ ਇਹ ਪ੍ਰਸਤਾਵ ਵੀ ਹਰਿਆਣੇ ਵੱਲੋਂ ਇਹ ਪਾਸ ਕੀਤਾ ਹੈ ਅਤੇ ਹਰਿਆਣੇ ਵੱਲੋਂ ਪਾਸ ਕਰਕੇ ਸੰਯੁਕਤ ਮੋਰਚੇ ਦੀ ਕਮੇਟੀ ਦੇ ਵਿੱਚ ਰੱਖਿਆ ਅਤੇ ਉਸ ਦਿਨ ਫਿਰ ਇਹ ਪਾਸ ਹੋ ਗਏ ਚਲੋ ਇੱਕ ਛੋਟਾ ਬ੍ਰੇਕ ਲਵਾਂਗੇ ਚਰੂਣੀ ਸਾਹਿਬ ਵਾਪਸ ਆ ਰਹੇ ਤੁਹਾਡੇ ਕੋਲ ਚਰੂਣੀ ਸਾਹਿਬ ਕੋਲੋਂ ਫਿਰ ਹੋਰ ਸਵਾਲ ਵੀ ਹੋਣਗੇ ਜਿਹੜਾ ਬੀਜੇਪੀ ਦੇ ਖਿਲਾਫ ਇਹ ਪ੍ਰਚਾਰ ਕਰਦੇ ਪਏ ਆ ਇਹ ਮੂਵਮੈਂਟ ਸਿਰਫ 5 ਸੂਬਿਆਂ ਤੱਕ ਸੀਮਤ ਰਹੇਗੀ ਜਾਂ ਜੇ ਇਹ ਖੇਤੀ ਕਾਨੂੰਨ ਦਾ ਹੱਲ ਨਹੀਂ ਨਿਕਲਦਾ ਤਾਂ ਇਹ ਮੂਵਮੈਂਟ ਹੋਰ ਅੱਗੇ ਵਧੇਗੀ ਇਹਨਾਂ ਦਾ ਪਲਾਨ ਕੀ ਹੈਗਾ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਗੁਰਨਾਮ ਸਿੰਘ ਚੜੂਨੀ ਸਾਡੇ ਨਾਲ ਮੌਜੂਦ ਹੈਗੇ ਆ ਚੜੂਨੀ ਸਾਹਿਬ ਸਵਾਲ ਬੜਾ ਸਿੱਧਾ ਹੈਗਾ ਬੀਜੇਪੀ ਦੇ ਖਿਲਾਫ ਤੁਸੀਂ 5 ਸੂਬਿਆਂ ਵਿੱਚ ਪ੍ਰਚਾਰ ਕਰਕੇ ਆਏ ਉਹਦਾ ਨਤੀਜਾ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਅੱਜ ਦੀ ਤਰੀਕ ਵਿੱਚ ਕਿਸੇ ਨੂੰ ਨਹੀਂ ਪਤਾ ਚੜੂਨੀ ਸਾਹਿਬ ਤੁਸੀਂ ਇੱਥੋਂ ਤੱਕ ਹੀ ਸੀਮਤ ਤੋਂ 5 ਸੂਬਿਆਂ ਤੱਕ ਜੇ ਇਹਨਾਂ ਕਾਨੂੰਨਾਂ ਦਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਸਰ ਤੁਹਾਡਾ ਅਗਲਾ ਪਲਾਨ ਕੀ ਹੈਗਾ 2 ਮਈ ਤੋਂ ਬਾਅਦ ਅਗਲਾ ਪਲਾਨ ਕੀ ਹੋ ਜਾਵੇਗਾ ਫਿਰ ਬਦਲ ਜਾਵੇਗਾ ਕਿਉਂਕਿ ਤੁਸੀਂ ਮਈ ਦੇ ਪਹਿਲੇ ਹਫ਼ਤੇ ਵਿੱਚ ਤਾਂ ਤੁਸੀਂ ਇਹ ਐਲਾਨ ਕੀਤਾ ਹੋਇਆ ਸੰਸਦ ਘਰਾਓ ਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਖੇਤੀ ਕਾਨੂੰਨ ਨਹੀਂ ਹੈ ਇਹ ਖੇਤੀ ਵਪਾਰ ਕਾਨੂੰਨ ਹੈ ਅਤੇ ਇਹ ਖਾਲੀ ਕਿਸਾਨਾਂ ਵਾਸਤੇ ਨੁਕਸਾਨਦੇਹ ਨਹੀਂ ਹੈ ਇਹ ਜਿਹੜਾ ਮੁੱਲ ਲੈ ਕੇ ਖਾਂਦੇ ਨੇ ਮਜ਼ਦੂਰ ਹੈ ਸ਼ਹਿਰ ਵਾਲੇ ਹੈ ਇਹ ਸਾਰਿਆਂ ਵਾਸਤੇ ਨੁਕਸਾਨਦੇਹ ਹੈ ਕਿਉਂਕਿ ਜੇ ਪੂਰੇ ਦੇਸ਼ ਦਾ ਭੋਜਨ ਪੂਰੇ ਦੇਸ਼ ਦੀ ਰੋਟੀ ਚੰਦ ਲੋਕਾਂ ਦੇ ਗੋਦਾਮਾਂ ਵਿੱਚ ਕੈਦ ਹੋ ਜੇ ਤਾਂ ਸਭ ਤੋਂ ਪਹਿਲਾਂ ਮੁੱਲ ਲੈ ਕੇ ਖਾਣ ਵਾਲਾ ਮਰੇਗਾ ਕਿਸਾਨ ਉਸ ਤੋਂ ਬਾਅਦ ਮਰੇਗਾ ਇਹ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਜਿਹੜਾ ਹੈ ਉਹ ਚੱਲਾਂਗੇ ਅਤੇ ਮਈ 'ਚ ਜਿਹੜੀ ਆਪਾਂ ਅੰਦੋਲਨ ਕਰ ਰਹੇ ਹਾਂ ਸੰਸਦ ਘਿਰਾਓ ਦਾ ਉਹ 10 ਮਈ ਤੋਂ 15 ਮਈ ਦੇ ਵਿਚਕਾਰ ਕੋਈ ਤਰੀਕ ਤੈਅ ਕਰਾਂਗੇ ਅਜੇ ਉਹਦਾ ਤਰੀਕ ਫਾਈਨਲ ਨਹੀਂ ਕਰ ਪਾਏ ਪਰ ਉਹ ਜਿਹੜਾ ਅੰਦੋਲਨ ਹੈ ਉਹ ਇਸ ਤਰ੍ਹਾਂ ਦਾ ਅੰਦੋਲਨ ਹੋਏਗਾ ਕਿ ਸਰਕਾਰ ਨੂੰ ਗੱਲ ਮੰਨਣ ਵਾਸਤੇ ਮਜਬੂਰ ਕਰ ਦੇਗਾ ਅਤੇ ਇਹ ਅੰਦੋਲਨ ਜਿਹੜਾ ਹੈ ਅਸੀਂ ਇਸ ਇਰਾਦੇ ਨਾਲ ਲੜ ਰਹੇ ਹਾਂ ਕਿ ਜਦ ਤੱਕ ਸਾਡੀ ਗੱਲ ਨਹੀਂ ਮੰਨੀ ਜਾਏਗੀ ਉਦੋਂ ਤੱਕ ਸਾਡਾ ਅੰਦੋਲਨ ਸਟੈਪ ਵਾਈਜ਼ ਸਟੈਪ ਜਾਰੀ ਰਹੇਗਾ ਤੁਸੀਂ ਕਹਿ ਰਹੇ ਹੋ ਖੇਤੀ ਵਪਾਰ ਕਾਨੂੰਨ ਹੈ ਇਹ ਚਰੂਣੀ ਸਾਹਿਬ ਇਹ ਖੇਤੀ ਵਪਾਰ ਕਾਨੂੰਨ ਆ ਜਿਹੜੇ ਵਾਪਸ ਵੀ ਹੋ ਗਏ ਤਾਂ ਸਰ ਮਸਲਾ ਹੱਲ ਹੋ ਜਾਊਗਾ ਕਿਸਾਨੀ ਦਾ ਸੰਕਟ ਦਾ ਨਹੀਂ ਹੁੰਦਾ ਬਿਲਕੁਲ ਤੁਹਾਡਾ ਬੜਾ 100% ਵਾਜਿਬ ਸਵਾਲ ਇਹ ਕਾਨੂੰਨ 5 ਜੂਨ ਨੂੰ ਲਾਗੂ ਹੋਏ ਨੇ ਇਹੋ ਹੀ ਸਾਡੀ ਬਹਿਸ ਹੈ ਬਸ 5 ਜੂਨ ਨੂੰ ਇਹ ਕਾਨੂੰਨ ਲਾਗੂ ਹੋਏ ਨੇ ਸਾਡਾ ਇਹ ਸਵਾਲ ਹੈ ਕਿ 5 ਜੂਨ ਤੋਂ ਪਹਿਲਾਂ ਕੀ ਕਿਸਾਨ ਸੁਖੀ ਸੀ ਕੀ 5 ਜੂਨ ਤੋਂ ਪਹਿਲਾਂ ਖੇਤੀ ਸਮਰਿੱਧ ਸੀ ਕਿਸਾਨ ਸਮਰਿੱਧ ਸੀ ਅਤੇ ਇਸ ਕਰਕੇ ਅਸੀਂ ਇਹ ਮੰਗ ਨਾਲ ਜੋੜੀ ਹੋਈ ਹੈ ਕਿ ਮਸਲਾ 3 ਕਾਨੂੰਨਾਂ ਦਾ ਨਹੀਂ ਹੈ ਖਾਲੀ ਉਹਦੇ ਨਾਲ MSP ਦਾ ਵੀ ਹੈ ਜਿਹੜਾ ਅੱਜ ਸਾਨੂੰ ਪੈਸੇ ਮਿਲ ਰਹੇ ਨੇ ਸਾਡੇ ਕੋਲ ਜਿਹੜੀ 23 ਫਸਲਾਂ ਦਾ ਸਰਕਾਰ MSP ਤੈਅ ਕਰਦੀ ਹੈ ਉਹ MSP ਜਿਹੜਾ ਸਰਕਾਰ ਤੈਅ ਕਰਦੀ ਹੈ ਜਿਹੜਾ ਲਾਗਤ ਦੇ ਆਧਾਰ 'ਤੇ ਨਹੀਂ ਹੈ ਜਿਹੜਾ ਖਾਲੀ 1 ਜੂਨ ਦਾ ਰੱਖਣ ਵਾਸਤੇ ਹੈ ਉਹਦੀ 23 ਫਸਲਾਂ ਦੀ ਕੀਮਤ 17,25,000 ਕਰੋੜ ਦੇ ਕਰੀਬ ਕਰੀਬ ਬਣਦੀ ਹੈ ਪਰ ਅੱਜ ਸਾਡੀ ਜੇਬ ਜਿਹੜਾ ਜਾ ਰਿਹਾ ਉਹ 13-13.5 ਲੱਖ ਕਰੋੜ ਜਾ ਰਿਹਾ ਯਾਨੀ
3-4 लाख करोड़ MSP तो घट मिल रहा है। इस करके असी यह मंग जोड़ी है भी MSP जिहड़ा है घट तो घट जिहड़ा है 17 लाख करोड़ तो साडी जेब जाना चाहिए है। ते जे वो साडी जेब च नहीं जाता तो फिर इहदा मतलब यह है कि 3-4 लाख करोड़ हर साल सानू नुकसान हो रहा है MSP तो घट रेट तो घट। तो इस करके असी इहदे नाल MSP की मंग जोड़ी है भी या तो सरकार MSP दे सारी फसलों खरीदे या जिहड़ा भी प्राइवेट खरीदे जिहड़ा उहदे विच दा अंतर होए। फर्ज करो अज मध्य प्रदेश दे विच 1700 रुपये कणक बिकरी है, राजस्थान दे विच अज 1700 रुपये कणक बिकरी है, 1975 रुपये रेट है, तो विच दा जिहड़ा 275 रुपये गैप है वह सरकार सानू दे। यह साडी खानापुर यह साडा विच दा पूरा करे तिन्ना कानूनां दे नाल, यह शर्त साडी नाल है। चरूनी साहब आप मान के चलते हैं तीन जिहड़े आ खेती व्यापार कानून जिन्हां नूं तुसीं कहिंदे हो ये वापस हो जाते हैं, सरकार मान जाती है MSP ते कानून बनाने लई सरकार राजी हो जाती है, उस तो बाद अगलिया चोणां आउंदियां ते सरकार कांग्रेस की आ जाती है, मान के चलते हैं चरूनी साहब उदों तुहाडे वर्गे किसान आगू की करनगे सर, उदों कांग्रेस तो कोई मंग करोंगे कि तुहाडे जिहड़े खेती के बदतर हालात उन्हां नूं सुधारिया जाए उन्हां विरुद्ध कोई संघर्ष छेड़ोंगे जां सिर्फ BJP का विरोध है चरूनी साहब? नहीं नहीं BJP का विरोध नहीं है। तुसी इतिहास चक के देखो सानू 28 साल काम कर मैं 28 साल 29 साल यूनियन च काम कर देना होंगे इन्हां 28 29 साल दे विच सारियां सरकारां बदली है। हरियाणे चौटाले की आई है तो जे हिंदुस्तान च कांग्रेस की आई है BJP की आई है इन्हां सारियां दे विच साडे अंदोलन टाइम टाइम के मुद्दों नूं लै के जारी रहे हैं ते अगे भी रहेंगे। जदों तक असी यूनियन दे विच काम करांगे उदों तक सरकारां नाल डिस्प्यूट खड़ा रहेगा, एक मुद्दा खत्म होगा कोई ना कोई होर समस्या आ जाती है उन्होंने हल कराने वास्ते। जिहड़ा यह अंदोलन पिछली कांग्रेस सरकार दे विच भी जारी रहे ने अगे भी जे कांग्रेस दी आई तां भी जारी रहेंगे। पिछली जिहड़ी कांग्रेस की सरकार थी सी उस ते मेरे ते कई मुकदमे दर्ज होए ते हुण भी जिहड़ी BJP दी आई इहदे च भी होए ते ओह अंदोलन साडा मतलब यह नहीं है कि कोई पार्टी नाल संबंधित है, साडा अंदोलन किसानां दी मंगां नाल संबंधित है, किसानां दी जीवन समस्या है कि ते अंदोलन हुंदे रहिण। चरूनी साहब तुहाडे विरोधी कदे तुहानूं कांग्रेस दा बंदा दसदे आ कदे आम आदमी पार्टी दे नेड़े दसदे आ, चरूनी साहब तुसीं किन्हां दे नेड़े हो? रब दे नेड़े कह सकदे हो। मैं मिस्टर हुड्डा नूं इह सवाल कीता सीगा वी गुरनाम सिंह चरूनी नूं तुहाडा बंदा कहा जा रहा है, हुड्डा साहब कहिंदे उह तां साडे खिलाफ लड़े सीगे चरूनी साहब, साडा बंदा किवें होया? बिल्कुल ठीक उहने जवाब दे दित्ता। हुड्डा की जो सरकार सी उदों मेरे ते कई मुकदमे दर्ज होए। जे हुड्डा हुड्डे दे सी बंदे हुंदे ते हुड्डे दे टाइम च अंदोलन क्यों करदे? उस टाइम च मैं कई बार जेल गया, क्यों जेल जांदा? ये जिहड़े BJP वाले ने या किसी की भी सरकार होए उन्हां कोल होर ते गल हुंदी नहीं, वह सारी गल नूं दूजी पार्टी दे थोपदे ने। जिवें असी कई कई बार देखिया टेलीविजन डिबेट च बह गए BJP वाले एकदम कांग्रेस से अटैक करते हैं, आ कांग्रेस करा रही है, आ कांग्रेस ने क्यों नहीं किया, भाई गल डिबेट किसान की है, गल किसान की है, उन्होंने पार्टी से ले जाते हैं। तो ये जिहड़ा अंदोलन है इहनूं भी उह कदे कांग्रेस समर्थित, कदे उह कहिंदे ने खालिस्तानी, कदे उह कहिंदे ने पाकिस्तान तो चंदा आ गया, कदे होर कोई इस तरह की गल्लां बनाउंदे ने मुद्दे तो भटकाउण वास्ते। मुद्दे ते गल नहीं करते, मुद्दे तो भटकाउण की गल करते हैं कि मतलब जिहड़ा सारे देश की रोटी है, सारे देश की रोटी जे किसी के गोदामों च कैद हो जाए तो की वह कांग्रेस की चाल हुई है, ये मान लैन फिर जे कांग्रेस मतलब समझ नहीं आती भी ये असली मुद्दे को भटका क्यों भटकाते हैं पार्टियां च कह के। तो इन्हों का जी नीति है राज करन दी इन्हों की यह है कि भी केवल राज करन वास्ते ही ये सारा काम करते हैं, लोगों नू सुखी रखने वास्ते नहीं करते। चरूनी साहब टकैत साहब ना पहला तुहाडा संबंध रहा, उस तो बाद टकैत साहब ना तुहाडे वखरेवें भी बड़े समय समय से सामने आते रहते हैं। हरियाणा में महापंचायत का दौर शुरू होंदा तो राकेश टकैत आ जिहड़े महापंचायतों में शामिल होंदे आ, चरूनी साहब का एक वीडियो आ जाता है कि महापंचायतों की जरूरत है या नहीं, सवाल इत्थे आ के रुक जाता, उस तो बाद महापंचायत तुसीं भी करदे पे हो टकैत साहब भी करदे पे? नहीं देखो क्योंकि बड़े ग्रुप हो गए ते उन्हां ग्रुपां च किते कोई पंचायत रख दिंदा है, किते कोई पंचायत रख दिंदा है। हालांकि मैं इस गल दा हुण भी समर्थक हाँ
भी हरियाणा ते पंजाब दे विच पंचायतों की कोई लोड़ नहीं है। पर मेरी मजबूरी इस करके बन जाती है कि भी जो दूजे लोग कर रहे ने ते मैं ना जा फिर मेरे वास्ते बड़ा औखा हो जाता है कोई किसी वास्ते भी। इस करके देखो देखी अच्छा फिर जो पंचायत रखवाने वाले ने वह कई बार जिद करते हैं उन्हां दी जिद नूं देखदे उन्हां दी भावना देखदे फिर करनी पै जांदी है। वैसे मेरी हुण भी राय है भी हरियाणा पंजाब दे विच दोए जगह इन्हां पंचायतों की लोड़ नहीं है क्योंकि इत्थे पहले ही बहुत जागृति है इत्थे पंचायतों की लोड़ नहीं है इन्हां ते ज़्यादा बॉर्डर ते लाउण दी लोड़। चरूनी साहब तुसीं इह मंग करदे हो जां तुसीं कदे सोचिआ कि किसानां दा इक चेहरा किसी सूबे का मुख्यमंत्री होवे जां देश का प्रधानमंत्री होवे कदे सोचिआ सर? देखो असली गल यह है कि असी 65% वोट के मालक हाँ तो देश के 35% वोट जी पार्टी पै जाती है वह राज आता है असी 65% के मालक होकर पखाड़ी हाँ फिर असी कहते साड़ी पक्ष की पॉलिसी नहीं बनती बई जो राज ही आप कारपोरेट के हथ देंगे जो राज ही आप वोट ही आप पैसे वाले को पावे जो वोट ही आप चमक तमक देख के पावे सच्चे सुचे बंदे आप वोट ही नहीं पाते तो फिर अपना राज किवें आ जाएगा ते अपनी गल कि मनी जाएगी ते जी विचारधारा जी तुसी कह रहे हो ये एक बड़ी गल ये बाधक है कि जो किसान संगठन बनया जो किसान यूनियन बनी सी कि 1978 दे विच उदों उहदे संस्थापकां ने फैसला ले लिया सी कि किसान यूनियन अराजनैतिक रहेगी वह अराजनैतिक जिहड़ा शब्द है वह जनता के दिमाग के घर कर गया भी अराजनीति कह के इन्होंने यूनियन बनाई सी हूँ यह जे राजनीति करते हैं तो बड़ी माड़ी है। दूजी गल जे ये गल कि चलती है तो जी राजनीतिक पार्टियां ने उन्हों सारिया का ढिड पीड़ हो जाता उन्होंने भी जो किसान ही राजनीति कर लगे तो आप वोट कि ले आएंगे फिर तो वोट इन्हों की हो फिर तो सरकार इन्हों की बनेगी उन्होंने एकदम ढिड पीड़ हो जाता है वो एकदम कहें देखो आ राजनीति कर रहा आ देखो आ राजनीति कर रहा आ देखो उन्हें ये शब्द बोलते ते वैसे मैं इस विचारधारा दवा कि भी ज्यादा वोट वाले का ज्यादा संख्या वाले का राज होना चाहिए जो वोट का राज है तो जिदी वोट ज्यादा वह राज होना चाहिए तो जे अज किसानों का मजदूर का जिन्हों का शोषण हो रहा है जे उन्हों का राज आ जाए तो फिर वह अपने पक्ष के कानून बनाएंगे जे पूंजीपतियों का राज आता पूंजीपति अपने पक्ष के कानून बनाएंगे तो इस करके जड़ा है वो बिल्कुल तुहाडी गल सही है जेडे मजदूर लोग ने जेडे किसान लोग ने जिन्हों का शोषण हो रहा जेडे दुकाना वाले ते मुसीबत आ रही है ये जे सारे इकट्ठे हो जाए तो ये अपनी सरकार वाकई बना सकते। तुसी कदे बैठक विच गल कीती है? नहीं साडी बैठक विच कोई गल नहीं चली। ਤੁਸੀਂ ਕਹਿ ਰਹੇ ਹੋ ਕਿ ਆ ਮਜ਼ਦੂਰ ਬੇਰੋਜ਼ਗਾਰ ਜਿਹੜੇ ਹੋਰ ਲੋਕ ਆ ਜਿਹੜੇ ਸਰਕਾਰ ਤੋਂ ਰੁੱਸੇ ਹੋਏ ਆ ਉਹਨਾਂ ਨੂੰ ਜੋੜਨ ਦੇ ਲਈ ਕੋਈ ਤੁਸੀਂ ਲਾਮਬੰਦੀ ਕਰ ਰਹੇ ਹੋ? ਨਹੀਂ ਅਜੇ ਤੇ ਸਾਡਾ ਸਾਰਾ ਧਿਆਨ ਅੰਦੋਲਨ ਦੇ ਵਿੱਚ ਹੈ ਅਸੀਂ ਅਜੇ ਉਸ ਬਾਰੇ ਤੇ ਫਿਰ ਉਹ ਧਿਆਨ ਡਾਈਵਰਟ ਹੋ ਜਾਏਗਾ ਸਾਡਾ ਧਿਆਨ ਜਿਹੜਾ ਹੈ ਪੂਰਾ ਅੰਦੋਲਨ ਦੇ ਵਿੱਚ। ਇਹ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਲਹਿਰ ਬਣਾ ਕੇ ਇਹ ਜਿਹੜੇ ਲੋਕ ਹੈਗੇ ਆ ਜਿਹੜੇ ਸਰਕਾਰ ਦੇ ਵਿਰੁੱਧ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਤੁਸੀਂ ਇਸ ਮੂਵਮੈਂਟ ਨੂੰ ਵੱਡਾ ਕਰ ਸਕਦੇ ਹੋ ਤੁਸੀਂ ਕਦੇ ਇਸ ਬਾਰੇ ਵਿਚਾਰ ਨਹੀਂ ਕੀਤਾ? देखो गल पता की है असी राजनेता नहीं साडा दिमाग शातिर नहीं साडा दिमाग उस तरह का विस्तारित नहीं कि भी असी उस नज़र ना सोचिए ते ओ सानू दिक्कत आउंदी हुण असी ते संगठन च काम करते रहे ते होए सीधे पधरे बंदे जिहड़ा राजनीति करनी राजनीति वाला दा दिमाग हुंदा है बड़ा शातिर वो शातिर माइंड वाले फिर इस तरह का जिहड़ा जगाड़ ला सकते ने हुण साडे चो उहना दिमाग ही तेज नहीं है की करिए अभी तो साधे बंदे होए। ਤੁਸੀਂ ਸੋਚਦੇ ਹੋ ਕਿ ਕੌਮੀ ਪੱਧਰ ਤੇ ਜਿਵੇਂ ਇੱਕ ਨਾਮ ਮਿਲਵਰਤਨ ਮੂਵਮੈਂਟ ਸ਼ੁਰੂ ਹੋਈ ਸੀ ਆਜ਼ਾਦੀ ਦੇ ਵੇਲੇ ਤੇ ਇਹ ਆਜ਼ਾਦੀ ਦੂਜੀ ਲੜਾਈ ਵਜੋਂ ਤੁਸੀਂ ਇਸ ਨੂੰ ਪੇਸ਼ ਕਰ ਸਕਦੇ ਹੋ ਇਸ ਬਾਰੇ ਕਦੇ ਤੁਸੀਂ ਸੋਚਿਆ ਵਿਚਾਰ ਕੀਤਾ ਵੀ ਨਾਮ ਮਿਲਵਰਤਨ ਲਹਿਰ ਹੈ ਜਿਹੜੀ ਉਸ ਦੇ ਲੈਵਲ ਤੇ ਚਲੀ ਜਾਵੇ? ਬਿਲਕੁਲ ਇਹ ਤੇ ਅਸੀਂ ਸੋਚਦੇ ਹਾਂ ਵੀ ਇਹ ਜਿਹੜੀ ਲੜਾਈ ਹੈ ਇਹ ਹੈ ਹੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਆਰਥਿਕ ਆਜ਼ਾਦੀ ਪਹਿਲਾਂ ਜਿਹੜੀ ਆਜ਼ਾਦੀ ਮਿਲੀ ਹੈ ਉਹ ਵੋਟ ਦੀ ਆਜ਼ਾਦੀ ਮਿਲੀ ਹੈ ਹੁਣ ਜਿਹੜੀ ਲੜਾਈ ਹੈ ਆਰਥਿਕ ਆਜ਼ਾਦੀ ਦੀ ਲੜਾਈ ਇਹ ਕਿਹੜਾ ਹੋਇਆ ਕਿ ਵੀ ਇੱਕ ਬੰਦੇ ਦੀ ਆਮਦਨ ਤੇ 90 ਕਰੋੜ ਇੱਕ ਘੰਟੇ ਦੀ ਦੂਜੇ ਆਮਦਨ ਦੂਜੇ ਬੰਦੇ ਨੂੰ ਦੋ ਟਾਈਮ ਦੀ ਰੋਟੀ ਨਹੀਂ ਉਹ ਬਈ ਜਿਹੜਾ ਇਸ ਦੇਸ਼ ਦੇ ਵਿੱਚ ਆਮ ਜਨਤਾ ਹੈ ਉਹਨਾਂ ਦਾ ਰੋਟੀ ਦਾ ਉਹਨਾਂ ਦਾ ਇਲਾਜ ਦਾ ਉਹਨਾਂ ਦਾ ਪੜ੍ਹਾਈ ਦਾ ਉਹਨਾਂ ਦਾ ਰਹਿਣ ਦਾ ਇਹ ਵਿਵਸਥਾ ਤੇ ਗਰੰਟਡ ਹੋਏ ਨਾ
ਇਹ ਵਿਵਸਥਾ ਗਰੰਟਡ ਹੋਵੇ ਫਿਰ ਭਾਵੇਂ ਸਾਰੇ ਦੇਸ਼ ਦਾ ਪੈਸਾ ਇੱਕ ਬੰਦੇ ਕੋਲ ਇਕੱਠਾ ਹੋ ਜੇ ਕੋਈ ਡਰ ਪਰ ਇੱਥੇ ਤੇ ਲੋਕ ਭੁੱਖ ਨਾਲ ਮਰ ਰਹੇ ਨੇ ਇੱਥੇ ਕਰਜ਼ੇ ਨਾਲ ਮਰ ਰਹੇ ਨੇ ਇੱਥੇ ਬਿਮਾਰੀ ਨਾਲ ਮਰ ਰਹੇ ਨੇ ਇੱਥੇ ਜਨਤਾ ਅਨਪੜ੍ਹ ਫਿਰ ਰਹੀ ਹੈ ਉਸ ਤੋਂ ਬਾਅਦ ਵੀ ਜਿਹੜਾ ਲੋਕਾਂ ਦਾ ਹੱਕ ਹੈ ਜਿਹੜਾ ਲੋਕਾਂ ਤੋਂ ਦਾ ਖੂਨ ਨਿਚੋੜ ਕੇ ਲੋਕਾਂ ਦਾ ਹੋਰ ਪੈਸਾ ਨਿਚੋੜ ਕੇ ਉਤਲੇ ਲੋਕਾਂ ਨੂੰ ਦਿੱਤਾ ਜਾਏ ਇਹੋ ਜਿਹੀ ਪਾਲਿਸੀ ਬਣਾਈ ਜਾਏ ਇਹ ਵਾਕਈ ਵਿਵਸਥਾ ਬਦਲਣ ਦੀ ਲੋੜ ਹੈ। ਤੁਸੀਂ ਇੱਕ ਲੋਕ ਇਹ ਸੋਚਦੇ ਪਏ ਹੋ ਕਿ ਲੋਕਾਂ ਵਿੱਚ ਕੀ ਸੁਨੇਹਾ ਜਾ ਰਿਹਾ, ਤੁਹਾਡੇ ਤੇ ਸਵਾਲ ਉੱਠਦੇ ਪਏ, ਤੁਸੀਂ ਲੋਕ ਲੁਭਾਵਨੇ ਫੈਸਲੇ ਲੈਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹੋ ਕਿ ਲੋਕਾਂ ਵਿੱਚ ਗਲਤ ਮੈਸੇਜ ਨਾ ਚੱਲ ਜਾਵੇ, ਕੋਈ ਸਾਡੇ ਨਾਲ ਟੁੱਟ ਨਾ ਜਾਵੇ। ਸਰ ਇਉਂ ਲੱਗਦਾ ਵੀ ਲੀਡਰ ਹੈ ਜਿਹੜੇ ਉਹ ਲੋਕਾਂ ਦੇ ਹੇਠਾਂ ਲੱਗੇ ਹੋਏ ਮਹਿਸੂਸ ਕਰਦੇ ਪਏ ਆਪਦੇ ਆਪ ਨੂੰ, ਜਦਕਿ ਲੀਡਰ ਤਾਂ ਇੱਕ ਸੰਘਰਸ਼ ਨੂੰ ਦਿਸ਼ਾ ਦੇਣ ਵਾਸਤੇ ਜਾਣੇ ਜਾਂਦੇ ਆ। ਚਰੂਣੀ ਸਾਹਿਬ, ਤੁਹਾਨੂੰ ਇਉਂ ਲੱਗਦਾ ਇਹ ਚਰਚਾ ਚੱਲ ਰਹੀ ਹੈ? ਸਰ ਨਹੀਂ, ਦੇਖੋ ਅਸੀਂ ਇੱਕ ਗੱਲ ਮੰਨ ਕੇ ਚੱਲਦੇ ਹਾਂ ਵੀ ਲੀਡਰ ਜਿਹੜਾ ਹੁੰਦਾ ਹੈ ਉਹਨਾਂ ਨੂੰ ਜਿਹੜੇ ਫੈਸਲੇ ਲੈਣੇ ਹੁੰਦੇ ਨੇ ਲੋਕਾਂ ਦੀ ਭਾਵਨਾ ਨੂੰ ਦੇਖ ਕੇ ਲੈਣੇ ਚਾਹੀਦੇ। ਜੇ ਲੋਕਾਂ ਦੀ ਭਾਵਨਾ ਤੋਂ ਉਲਟ ਫੈਸਲੇ ਲੈਂਦੇ ਹੈ ਤੇ ਫਿਰ ਜਿਹੜਾ ਉਹ ਫੈਸਲਾ ਲਾਗੂ ਵੀ ਨਹੀਂ ਹੁੰਦਾ, ਉਹਦੇ ਚ ਕਾਮਯਾਬ ਵੀ ਨਹੀਂ ਹੁੰਦੇ, ਉਹ ਜਿਹੜਾ ਹੈ ਉਹ ਲੀਡਰ ਵੀ ਕਾਮਯਾਬ ਨਹੀਂ ਹੁੰਦਾ। ਫੈਸਲੇ ਜਿਹੜੇ ਹੈ ਉਹ ਲੀਡਰ ਨੇ ਨੇਤ੍ਰਿਤਵ ਕਰਨਾ ਹੁੰਦਾ, ਉਹਨੂੰ ਦਿਸ਼ਾ ਦੇਣੀ ਹੁੰਦੀ ਹੈ, ਲੋਕਾਂ ਦੀ ਭਾਵਨਾ ਨੂੰ ਜੋੜ ਕੇ ਇਕੱਠੇ ਕਰਕੇ ਚਲਾਉਣਾ ਹੁੰਦਾ। ਜੇ ਲੋਕਾਂ ਦੀ ਭਾਵਨਾ ਨੂੰ ਦੇਖ ਕੇ ਆਪਾਂ ਫੈਸਲਾ ਨਾ ਲਈਏ, ਲੋਕਾਂ ਦੀ ਭਾਵਨਾ ਦੇ ਉਲਟ ਫੈਸਲਾ ਲਈਏ ਤੇ ਫਿਰ ਉਹੀ ਹੁੰਦਾ ਜਿਹੜਾ 26 ਨੂੰ ਹੋਇਆ। ਚਲੋ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਠੀਕ ਹੈ, ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਖਿਲਾਫ ਮੋਦੀ ਸਾਹਿਬ ਅੜੇ ਹੋਏ ਆ ਤੇ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਅੜੇ ਹੋਏ ਆ, ਲੋਕ ਕਹਿ ਰਹੇ ਆ, ਕੁਝ ਲੋਕ ਉਹ ਕਹਿ ਰਹੇ ਦੋਨੋਂ ਹੀ ਅੜੇ ਹੋਏ ਆ, ਅਸਲ ਵਿੱਚ ਅੜਿਆ ਕੌਣ ਹੋਇਆ ਸਰ? ਲੋਕਾਂ ਦੀ ਗੱਲ ਵੀ ਮੇਰੇ ਖਿਆਲ ਠੀਕ ਹੈ ਵੀ ਅੜੇ ਤੇ ਦੋਏ ਹੋਏ ਹੈ। ਹੁਣ ਜਿਹੜੇ ਮੰਗਾਂ ਨੂੰ ਅਸੀਂ ਲੈ ਕੇ ਚੱਲੇ ਉਹਨਾਂ ਮੰਗਾਂ ਤੋਂ ਬਿਨਾਂ ਸਾਡਾ ਰੋਜ਼ਗਾਰ ਨਹੀਂ ਬਚਦਾ, ਸਾਡਾ ਜਿਹੜਾ ਹੈ ਉਹ ਖੇਤੀ ਨਹੀਂ ਬਚਦੀ, ਉਹਨਾਂ ਤੋਂ ਬਿਨਾਂ ਸਾਡਾ ਜੀਵਨ ਗੁਜ਼ਾਰਾ ਨਹੀਂ ਹੁੰਦਾ, ਅਸੀਂ ਤੇ ਇਸ ਕਰਕੇ ਅੜੇ ਹੋਏ ਹਾਂ। ਪਰ ਮੋਦੀ ਦਾ ਇਹੋ ਜਿਹੀ ਸਮੱਸਿਆ ਨਹੀਂ ਹੈ, ਮੋਦੀ ਇਸ ਕਰਕੇ ਅੜਿਆ ਹੋਇਆ ਹੈ ਕਿ ਉਹਨਾਂ ਨੇ ਦੇਸ਼ ਦਾ ਸਾਰਾ ਕਾਰੋਬਾਰ ਕਾਰਪੋਰੇਟ ਨੂੰ ਦੇਣਾ ਜਿਹਨਾਂ ਤੋਂ ਉਹਨਾਂ ਵਾਅਦਾ ਕੀਤਾ, ਕਿਉਂਕਿ ਉਹ ਤੇ ਕਾਰਪੋਰੇਟ ਦਾ ਕਲਰਕ ਦੇ ਰੂਪ 'ਚ ਕੰਮ ਕਰ ਰਿਹਾ, ਜਿਹਨਾਂ ਨੇ ਉਹਨੂੰ ਪ੍ਰਧਾਨ ਆਇਆ, ਜਿਹਨਾਂ ਨੇ ਉਹਦੇ ਨਾਲ ਵਾਅਦਾ ਕੀਤਾ ਵੀ ਖਰਚਾ ਸਾਡਾ ਸਰਕਾਰ ਤੂੰ ਚਲਾ, ਅਤੇ ਉਹਨਾਂ ਤੋਂ ਖਰਚਾ ਲੈ ਕੇ ਉਹਨਾਂ ਤੋਂ ਜਿਹੜਾ ਹੈ ਉਹ ਪਾਰਟੀ ਚਲਾ ਰਿਹਾ, ਉਹਨਾਂ ਨੇ ਉਹਨੂੰ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਸਹਿਯੋਗ ਕੀਤਾ ਹੈ ਅਤੇ ਉਹਨਾਂ ਦਾ ਘਰ ਪੂਰਾ ਕਰਨ ਵਾਸਤੇ ਮੋਦੀ ਅੜਿਆ ਹੋਇਆ ਹੈ। ਤੇ ਇਸ ਕਰਕੇ ਅਸੀਂ ਤੇ ਸਾਡਾ ਤੇ ਅੜਨਾ ਕੀ ਹੈ, ਸਾਡਾ ਤੇ ਕੋਈ ਨਿੱਜੀ ਫਾਇਦਾ ਉਹਦੇ 'ਚ ਨਹੀਂ ਹੈ ਵੀ ਸਾਡਾ ਕੋਈ ਨਿੱਜੀ ਫਾਇਦਾ ਹੋ ਜਾਏਗਾ, ਅਸੀਂ ਕੋਈ ਪ੍ਰਧਾਨ ਮੰਤਰੀ ਬਣ ਜਾਗੇ। ਅਸੀਂ ਤੇ ਇਸ ਕਰਕੇ ਅੜੇ ਹੋਏ ਹਾਂ ਵੀ ਜਨਤਾ ਦੀ ਗੱਲ ਸੁਣ ਲੈ, ਤੇ ਪ੍ਰਧਾਨ ਮੰਤਰੀ ਇਸ ਕਰਕੇ ਅੜਿਆ ਹੋਇਆ ਕਿ ਮੈਂ ਅੰਬਾਨੀ ਅਡਾਨੀ ਨੂੰ ਹੋਰ ਅਮੀਰ ਬਣਾਉਣਾ ਹੈ। ਚਰੂਣੀ ਸਾਹਿਬ, ਇੱਕ ਆਖਰੀ ਸਵਾਲ ਤੁਹਾਨੂੰ ਕਰ ਰਿਹਾ, ਤੁਸੀਂ ਹਰ ਬੈਠਕ ਤੋਂ ਪਹਿਲਾਂ ਇਹ ਕਹਿ ਕੇ ਚਲੇ ਜਾਂਦੇ ਸੀ ਕਿ ਇਸ ਬੈਠਕ ਵਿੱਚੋਂ ਨਤੀਜਾ ਨਹੀਂ ਨਿਕਲਣਾਗਾ। ਚਰੂਣੀ ਸਾਹਿਬ, ਤਕਰੀਬਨ ਤੁਹਾਡੀਆਂ ਸਾਰੀਆਂ ਜਿਹੜੀਆਂ ਭਵਿੱਖਬਾਣੀਆਂ ਉੱਥੇ ਦਰੁਸਤ ਸਾਬਤ ਹੋਈਆਂ, ਵਿਗਿਆਨ ਭਵਨ ਦੇ ਬਾਹਰ ਜਿੰਨੀ ਵਾਰ ਵੀ ਅਸੀਂ ਤੁਹਾਡਾ ਉੱਥੇ ਇੰਟਰਵਿਊ ਕੀਤਾ, ਜਿੰਨੀ ਵਾਰ ਵੀ ਤੁਹਾਨੂੰ ਅਸੀਂ ਮਿਲੇ ਹਾਂ। ਚਰੂਣੀ ਸਾਹਿਬ, ਹੁਣ ਤੁਹਾਨੂੰ ਅੰਦੋਲਨ ਕਿੰਨਾ ਲੰਬਾ ਖਿੱਚਦਾ ਹੋਇਆ ਦਿਖਾਈ ਦਿੰਦਾ, ਕਦੋਂ ਤੱਕ ਲੱਗਦਾ ਕਿ ਤੁਹਾਨੂੰ ਹੱਲ ਨਿਕਲ ਜਾਏਗਾ? ਇਸ ਤਰ੍ਹਾਂ ਹੈ, ਜਿਹੜੀ ਤੇ ਤੁਸੀਂ ਪਹਿਲਾ ਸਵਾਲ ਕੀਤਾ ਵੀ ਤੁਸੀਂ ਪਹਿਲਾਂ ਦੱਸ ਦਿੰਦੇ ਸੀ, ਉਹ ਇੰਨਾ ਕੁ ਹੈ ਵੀ ਜਿਹੜੀ ਮੱਝ ਮਿਲਣੀ ਨਹੀਂ ਹੁੰਦੀ ਨਾ ਤੇ ਕਟੜੂ ਉਹਦੇ ਜਾਂਦਾ ਨਹੀਂ, ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਕਟੜੂ ਮੈਂ ਸਲ ਜਾਂਦਾ ਨਹੀਂ ਨਾ, ਇਹਨਾਂ ਦੀ ਅੱਖ ਮਿਲ ਗਈ ਦੋਵਾਂ ਦੀ ਤੇ ਇਹਨੇ ਅੱਜ ਮਿਲਣਾ ਨਹੀਂ ਮੱਝ ਨੇ, ਤੇ ਉਹ ਤੇ ਉਸੇ ਤਰ੍ਹਾਂ ਸਰਕਾਰ ਦੀ ਜਿਹੜੀ ਉਹ ਬਿਆਨ ਦਿੰਦੇ ਸੀ, ਸਰਕਾਰ ਜਿਹੜੀ ਗੱਲ ਕਰਦੀ ਸੀ ਉਸ ਤੋਂ ਪਤਾ ਲੱਗ ਜਾਂਦਾ ਸੀ ਭਾਵਨਾ ਦਾ ਵੀ ਇਹ ਖਾਲੀ ਫਾਰਮੈਲਿਟੀ ਕਰਨ ਵਾਸਤੇ ਹੀ ਸਾਨੂੰ ਬੁਲਾ ਰਹੇ ਨੇ, ਹੋਇਆ ਵੀ ਸਾਰੀ ਮੀਟਿੰਗਾਂ 'ਚ ਫਾਰਮੈਲਿਟੀ ਹੋਈ ਹੈ। ਤੇ ਦੂਜੀ ਗੱਲ ਹੁਣ ਅੱਗੇ ਦੀ ਹੈ, ਅੱਗੇ ਤੋਂ ਸਮਾਰਕ ਨੂੰ ਪਤਾ ਭਵਿੱਖ ਦੇ ਵਿੱਚ ਗੱਲ ਹੈ ਕੀ ਹੋਏਗਾ, ਪਰ ਉਹਦੇ 'ਚ ਅਸੀਂ ਸਰਕਾਰ ਨੂੰ 2-3 ਅਸੀਂ ਰਾਇਆਂ ਦੇਣੀ ਚਾਹਾਂਗੇ ਤੁਹਾਡੇ ਮਾਧਿਅਮ ਤੋਂ ਜੀ। ਇੱਕ ਤੇ ਅਸੀਂ ਆਰ ਐਸ ਐਸ ਨੂੰ ਰਾਏ ਦੇਣੀ ਚਾਹਾਂਗੇ ਵੀ ਆਹ ਦੇਸ਼ ਦੇ ਵਿੱਚ ਜਿਹੜੀ ਸਰਕਾਰ ਪੈਦਾ ਕੀਤੀ ਹੈ ਇਹਦੇ 'ਚ ਖੂਨ ਪਸੀਨਾ ਇੱਕ ਆਰ ਐਸ ਐਸ ਨੇ ਕੀਤਾ, ਤੇ ਆਹ ਜਿਹੜਾ ਮੋਦੀ ਹੈ ਇਹ ਇਸ ਰਾਜ ਦੀ ਜੜਾਂ ਪੱਟ ਕੇ ਜਾਏਗਾ, ਤੇ ਆਰ ਐਸ ਐਸ ਨੂੰ ਚਾਹੀਦਾ ਹੈ ਕਿ ਮੋਦੀ ਨੂੰ ਜਿੰਨਾ ਛੇਤੀ ਹਟਾ ਦੇਣਗੇ ਉਹਨਾਂ ਦੇਸ਼ ਦੇ ਫਾਇਦੇ ਵਿੱਚ ਵੀ ਜਾਏਗਾ, ਉਹਨਾਂ ਆਰ ਐਸ ਐਸ ਦੇ ਫਾਇਦੇ ਵਿੱਚ ਵੀ ਜਾਏਗਾ। ਦੂਜੀ ਗੱਲ, ਅਸੀਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਹੈ ਵੀ ਜਿਹੜੇ ਐਮ ਪੀ ਨੇ ਐਮ ਐਲ ਏ ਨੇ ਬੀਜੇਪੀ ਦੇ ਨੇ ਜਾਂ ਬੀਜੇਪੀ ਦੀ ਸਹਿਯੋਗੀ ਪਾਰਟੀਆਂ ਦੇ, ਉਹਨਾਂ ਦੇ ਅਸੀਂ ਅਸਤੀਫੇ ਮੰਗੇ ਹੈ, ਇਸ ਕਰਕੇ ਮੰਗੇ ਹੈ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹ ਰਹੇ ਹਾਂ ਵੀ ਕਰੋੜਾਂ ਲੋਕ ਭੁੱਖਮਰੀ 'ਚ ਦਾ ਸ਼ਿਕਾਰ ਹੋਣਗੇ,
करोड़ों लोगों की मौत हो भुखमरी के इन कानूनों के नाल उन्होंने पाप उन्होंने सिर भी जाएगा जिहड़े बीजेपी के सहयोग कर रहे हैं जिहड़े खाली एम पी ने तनखाह ही तो मिल रही है इतों वध की उन्होंने हो गया है इतों वध की वो लाभ लैणगे वह लोग बीजेपी को छड़ के जनता दे विच आ जाण इस्तीफे दे के जनता दे विच आ जाण ताकि वह नरक तो बच जाण वह पाप तो बच जाण यह जिहड़ा पाप है जिहड़ा जनता दे विच रब हुंदा है जनता रब का रू दूजा रूप हुंदी है इस जनता नूं भुखी मार के जे राज करना है ये प्रकृति के विरुद्ध है तो यो ही तो नज़र भी आ रहा ना मैनू भी महसूस हो रहा है भी आ जिहड़ा अंदोलन है कि असी एडा वड्डा अंदोलन खड़ा कर सकते कि साडी औकात है सी नहीं सी कि असी इन्ने लंगर च उत्थे चल गए इन्ना लोग उत्थे आके सेवा कर रहे ने बड़े बड़े लोग बड़े जिन्हां जिन्होंने आप सोच नहीं सकते भी आ लोग भी अंदोलन के आ सकते हैं वह भी अंदोलन के आके हेल्प कर रहे हैं कि ये साडे बस का सौदा सी नहीं ये प्राकृतिक है क्योंकि भोजन जिहड़ा है रोटी जिहड़ी है वह प्राकृतिक हुंदी है गुरबाणी कहती है सैल पत्थर मैं जन तो पाए ताकारी जी का कर तरिया जिहड़ा पत्थर दे विच कीड़ा पैदा उन्हूं भी रब दे रहा है उहदी भी जिम्मेवारी है रब की तो जनता का भोजन बंदिया का भोजन जे सरकार खोएगी तो प्रकृति नाराज होएगी तो इस करके असी उन्हें बीजेपी के एम पी एम एल ए कह रहे हैं रिजाइन दे के आ जाओ जनता दे विच आ जाओ जनता दोबारे गल लगा ला लेगी बहुत धन्यवाद गुरनाम सिंह चढ़ूनी तुहाडा जी धन्यवाद ये सन गुरनाम सिंह चढ़ूनी हरियाणा के आगू ने किसान आगू तो गुरनाम सिंह चढ़ूनी हर का प्लान तुम समझ चुके हो गुरनाम सिंह चढ़ूनी हरी जिस तरीके अज गलबात करते पे सी अक्सर ये ऑफ कैमरा यहो जी गल नहीं करते बड़े तत्ते सुभाव है मैं इन्हों की बैठकों में गलबात है जो विज्ञान भवन के बाहर बैठकों तो पहला इन्हों गलबात होंगी सी जो बस में इन्हों गलबात होंगी सी मैनू पता जानू भी सारा पता हो गुरनाम सिंह चढ़ूनी किहो जे सुभाव के मालिक है पर गुरनाम सिंह चढ़ूनी हरां ने जिहड़ियां गल्लां हुण कीतियां हैगियां आपदा जिहड़ा प्लान दस्सिया हैगा उन्हें कहा भी जिहड़ियां गलतियां साडे तों पहलां होईयां वह गलतियां असीं दोहरावांगे नहीं उहदे लई एक कमेटी बैठेगी वह कमेटी सारा गलबात सुलझाएगी उस तों बाद इस प्लान नूं एग्जीक्यूट कीता जाएगा देखते हैं पार्लीमेंट के घराओ वाला प्लान इन्हां दा किन्ना सफल हुंदा है किते उस विच फिर तां शरारत नहीं हो जाती जे शरारत हुंदी है जे प्लान सफल नहीं हुंदा का तां गुरनाम सिंह चढ़ूनी हरां तों फिर सवाल करांगे अज लई धन्यवाद।